Question over. In a school, all students play at least one of the two games, hockey and football. As many as 300 students play football and 250 play hockey, and 110 play both the games. So, what is the total number of students and the number of students who play football? The total number of students are dassna te kinne football khel rahe ne, eh vi dassna. ਆਓ ਦੱਸਦੇ ਹਾਂ ਤਾਂ ਆਪਾਂ ਇਸਦੇ ਚੱਕਰ ਮਾਰ ਲੈਣਾ ਇੱਕ ਚੱਕਰ ਆਪਾਂ ਫੁੱਟਬਾਲ ਦਾ ਮਾਰ ਲੈਣਾ ਇੱਕ ਹਾਕੀ ਦਾ 110 ਬੱਚੇ ਨੇ ਜਿਹੜੇ ਦੋਵੇਂ ਖੇਡਦੇ ਨੇ ਅਤੇ 300 ਫੁੱਟਬਾਲ ਖੇਡਦੇ ਨੇ ਅਤੇ 250 ਹਾਕੀ ਖੇਡਦੇ ਨੇ ਫੁੱਟਬਾਲ ਐਂਡ ਹਾਕੀ ਅਤੇ 300 ਅਤੇ 250 ਜੋੜ ਲਓ 500 ਦੇ ਵਿੱਚ 110 ਘਟਾ ਦਿਓ 440 ਇਹ ਆ ਗਏ ਆਪਣੇ ਕੋਲ ਟੋਟਲ ਬੱਚੇ ਹੁਣ 440 ਟੋਟਲ ਬੱਚੇ 440 ਦੇ ਵਿੱਚੋਂ 250 ਘਟਾ ਦਾਂਗੇ ਕਿੰਨੇ ਆ ਜੂਗਾ ਆਪਣੇ ਕੋਲ 440 ਦੇ ਵਿੱਚੋਂ 250 ਘਟਾ ਤੇ 0 14 'ਚੋਂ 5 ਕੱਢੇ 9 4 ਇੱਧਰ ਵਿੱਚ ਕੇ 3 'ਚ 2 ਕੱਢੇ 190 ਤਾਂ 190 ਨੇ ਜਿਹੜੇ ਉਹ ਆਪਣੇ ਲਵੇ ਫੁੱਟਬਾਲ ਖੇਡਦੇ ਨੇ ਅਤੇ 110 ਹਾਕੀ ਖੇਡਣਗੇ ਤਾਂ ਆਪਣਾ ਆ ਗਿਆ ਆਂਸਰ 440 ਟੋਟਲ ਬੱਚੇ ਨੇ ਅਤੇ 190 ਫੁੱਟਬਾਲ ਖੇਡਦੇ ਨੇ ਆਂਸਰ